ਜਿਹੜੇ ਪਿੰਡ ਤੁਸੀਂ ਆਏ ਹੋ ਉੱਥੋਂ ਨਾਰਾਜ਼ ਹੋ ਕੇ ਕੀ ਕਾਰਨ ਕੀ ਹੋਇਆ? ਛੱਬੀ ਜਨਵਰੀ ਗਣਤੰਤਰ ਦਿਵਸ ਮੌਕੇ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪਰ ਮੋਗਾ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਟੇਟ ਸੈਕਟਰੀ ਤੇਜਾ ਸਿੰਘ DPRO ਵੱਲੋਂ ਦੋ ਕਾਂਗਰਸੀ ਆਗੂਆਂ ਦਾ ਸਟੇਜ ਤੋਂ ਨਾਮ ਨਹੀਂ ਲਿਆ ਗਿਆ। ਜੀ ਹਾਂ, ਮੋਗਾ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਸਟੇਟ ਸੈਕਟਰੀ ਅਤੇ DPRO ਤੇਜਾ ਸਿੰਘ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਜਗਰੂਪ ਸਿੰਘ ਅਤੇ ਉਹਨਾਂ ਦੇ ਪੁੱਤਰ ਦਾ ਨਾਮ ਸਟੇਜ ਤੋਂ ਲੈ ਲਿਆ ਗਿਆ। ਪਰ ਉਹਨਾਂ ਵੱਲੋਂ ਕਾਂਗਰਸੀ ਨੇਤਾ ਹਰੀ ਸਿੰਘ ਖਾਈ ਅਤੇ ਤਾਰਾ ਸਿੰਘ ਸੰਧੂ ਦਾ ਨਾਮ ਨਹੀਂ ਲਿਆ ਗਿਆ, ਜਿਸ ਤੋਂ ਬਾਅਦ ਇਹ ਦੋਵੇਂ ਆਗੂ ਸਟੇਜ ਸੈਕਟਰੀ ਤੇਜਾ ਸਿੰਘ 'ਤੇ ਭੜ ਗਏ। ਇਹਨਾਂ ਵੱਲੋਂ ਸਟੇਜ 'ਤੇ ਹੀ ਤੇਜਾ ਸਿੰਘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਤੁਸੀਂ ਵੀ ਵੇਖੋ ਭੜਕੇ ਹੋਏ ਇਹਨਾਂ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਇਹ ਵੀਡੀਓ। ਇਸ ਹੰਗਾਮੇ ਤੋਂ ਬਾਅਦ ਪੱਤਰਕਾਰਾਂ ਵੱਲੋਂ ਜਦੋਂ ਦੋਵੇਂ ਆਗੂਆਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ। ਪਰ ਸਟੇਜ ਤੋਂ DPRO ਨੂੰ ਗਾਲਾਂ ਕੱਢਦੇ ਆਗੂ ਸਟੇਜ ਤੋਂ ਉਤਰ ਗਏ। ਜਦੋਂ ਇਹ ਦੋਵੇਂ ਸਟੇਜ ਤੋਂ ਉਤਰੇ ਸਨ ਤਾਂ ਉਸ ਵੇਲੇ DPRO ਤੇਜਾ ਸਿੰਘ ਵੱਲੋਂ ਅਨਾਊਂਸਮੈਂਟ ਕੀਤੀ ਗਈ ਅਤੇ ਇਹਨਾਂ ਦੋਵਾਂ ਦੀ ਸਟੇਜ ਤੋਂ ਹਾਜ਼ਰੀ ਬੋਲੀ ਗਈ। ਤੁਸੀਂ ਆਏ ਹੋ ਉੱਥੋਂ ਨਾਰਾਜ਼ ਹੋ ਕੇ ਕੀ ਕਾਰਨ ਕੀ ਹੋਇਆ? ਸੋ ਜਦੋਂ ਅਜਿਹੇ ਲੋਕਾਂ ਦੇ ਭਾਸ਼ਣ ਸੁਣੀ ਦੇ ਨੇ ਤਾਂ ਉਸ ਵੇਲੇ ਆਪਣੇ ਆਪ ਨੂੰ ਪੰਜਾਬ ਦੇ ਸੇਵਾਦਾਰ ਦੱਸਦੇ ਨੇ। ਪਰ ਜੇਕਰ ਨਾਮ ਦੇ ਨਾਮ ਤੋਂ ਹੀ ਇਹਨਾਂ ਵੱਲੋਂ ਅਜਿਹਾ ਹੰਗਾਮਾ ਕੀਤਾ ਜਾਂਦਾ ਤਾਂ ਇਹ ਸਮਝਿਆ ਜਾਵੇ ਕਿ ਹੋਮੇ ਤੋਂ ਇਲਾਵਾ ਇਹਨਾਂ ਲੀਡਰਾਂ ਦੇ ਪੱਲੇ ਕੱਖ ਵੀ ਨਹੀਂ ਹੈ। ਖੈਰ, ਵੇਖਣਾ ਹੋਵੇਗਾ ਕਿ ਹੁਣ DPRO 'ਤੇ ਇਹਨਾਂ ਵੱਲੋਂ ਕੀ ਕਾਰਵਾਈ ਕਰਵਾਈ ਜਾਂਦੀ ਹੈ ਜਾਂ ਫਿਰ ਕਾਂਗਰਸ ਵੱਲੋਂ ਇਹਨਾਂ ਦੋਵੇਂ ਆਗੂਆਂ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਮੋਗਾ ਤੋਂ ਸੰਜੀਵ ਅਰੋੜਾ, ਪੰਜਾਬੀ ਲੋਕ ਚੈਨਲ।